हाँ जी किदां सारे वीर भरा, उम्मीद करदा सारे ठीक होंगे, चढ़दी कला च होंगे। इस वाली वीडियो दे विच तुहानू अज फिर वड्डे टूरनामेंट, अज फिर रिकॉर्ड बने, अज फिर बुलट दिते जाने आ, जिद्दां फतेहगढ़ छन्ना च सिरा होया, अज फिर जो है रिकॉर्ड बन गए। वड्डे कप्पां बारे तुहानू अपडेट देनी आ, उस तो पहला नवे आए हैं तो सबसक्राइब जरूर करियो चैनल नू। पहला टूरनामेंट ओपन दा पुरड़े दे विच वड्डा कबड्डी कप करवाया जा रहा, काट पहला 81 पहला इनाम ते दूजा इनाम काट 1000। वड्डे खिडारी इस टूरनामेंट ते पहुंचे ਵਧੀਆ ਟੀਮਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਵੱਡੇ ਖਿਡਾਰੀਆਂ ਨਾਲ। ਇਸ ਤੋਂ ਅੱਗੇ ਅੱਜ ਜੋ ਹੈ ਵੱਡਾ ਕਬੱਡੀ ਕੱਪ ਸਹਿਣੇ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੇ ਵਿੱਚ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਇਸ ਟੂਰਨਾਮੈਂਟ ਦਾ। ਦਰਸ਼ਕਾਂ ਨੂੰ ਵੀ ਹੁੰਦਾ ਸੀਗਾ ਵੀ ਕਦੋਂ ਟੂਰਨਾਮੈਂਟ ਆਵੇ। ਓਪਨ ਦਾ ਵੱਡਾ ਕੱਪ 1,00,000 ਪਹਿਲਾ ਇਨਾਮ, ਦੂਜਾ ਇਨਾਮ 75,000 ਅਤੇ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਆ। ਰਿਕਾਰਡ ਬਣਨੇ ਆ, ਹਾਕਮ ਵਾਲੀ ਆ ਜੱਗੂ ਪਹੁੰਚਣ ਜਾ ਰਿਹਾ ਇਸ ਕਬੱਡੀ ਕੱਪ 'ਤੇ। ਕੁਲਵੀਰ ਜਟਾਣੇ ਵਾਲਾ ਖੇਡਣ ਜਾ ਰਿਹਾ, ਸੋਨੀ ਭਾਦੜੇ ਵਾਲਾ ਇਸ ਕਬੱਡੀ ਕੱਪ 'ਤੇ ਪਹੁੰਚਣਾ, ਜਾਣੀ ਕਿ ਜਸ਼ਨ ਆਲਮਗੀਰ ਅਤੇ ਸ਼ਕਰਪੁਰ ਦੇ ਨਾਂ 'ਤੇ ਜਾਂ ਹੋਰ ਕਿਸੇ ਨਾਂ 'ਤੇ ਸ਼ਾਜੀ ਹੁਣੀ ਵੀ ਜਾਣੀ ਕਿ ਇਸ ਕਬੱਡੀ ਕੱਪ 'ਤੇ ਪਹੁੰਚਣ ਜਾ ਰਹੇ ਆ, ਜਿਸ ਦਾ ਜੋ ਅੱਲਾ ਦਾ ਹੈ ਨਾਮ 'ਤੇ ਆਉਂਦਾ। ਸ਼ਾਜੀ ਦਾ ਵੀ ਟੌਪ ਦੇ ਖਿਡਾਰੀਆਂ ਦੇ ਵਿੱਚ ਨਾਮ ਹੈ ਆਉਂਦਾ। ਸ਼ਾਜੀ ਵੀ ਮੇਰੇ ਵੀਰੋ ਕਮਾਲਾਂ ਕਰੂਗਾ ਇਸ ਕਬੱਡੀ ਕੱਪ 'ਤੇ। ਮਾਝੇ ਵਾਲਿਆਂ ਦੇ ਵੀ ਚਰਚੇ ਹੁੰਦੇ ਆ, ਜਿਨ੍ਹਾਂ ਦੇ ਉਹ ਵੀ ਜੋ ਹੈ ਇਸ ਟੂਰਨਾਮੈਂਟ 'ਤੇ ਪਹੁੰਚਣਗੇ, ਜਾਣੀ ਕਿ ਵਧੀਆ ਟੀਮਾਂ 'ਤੇ ਵਧੀਆ ਖਿਡਾਰੀ ਇੱਥੇ ਦੇਖਣ ਨੂੰ ਮਿਲਣੇ ਆ। ਜਿੱਦਾਂ ਫਤਿਹਗੜ੍ਹ ਛੰਨਾ 'ਚ ਚੋਟੀ ਦੇ ਖਿਡਾਰੀ ਪਹੁੰਚੇ ਸੀ ਕਬੱਡੀ ਦਾ, ਬਾਹੂਬਲੀ ਨੇ ਵੀ ਵਾਪਸੀ ਕੀਤੀ ਸੀ ਕੱਲ੍ਹ, ਅੱਜ ਹੋ ਸਕਦਾ ਖੇਡੇ। ਗਗਨ ਦੀ ਹਜੇ ਅਪਡੇਟ ਨਹੀਂ ਹੈਗੀ ਸੀ, ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਇਹ ਵੱਡੀ ਅਪਡੇਟ ਤੁਹਾਨੂੰ ਦੇਣੀ ਸੀਗੀ, ਨਵੀਂ ਅਪਡੇਟ ਲੈ ਕੇ ਮਿਲਦੇ ਹਾਂ। ਅੱਗੇ ਯਾਰ ਭਰਾ ਮੇਰੇ ਸਾਰੇ ਸਬਸਕ੍ਰਾਈਬ ਕਰਦਿਆ ਕਰੋ ਚੈਨਲ ਨੂੰ, ਬਹੁਤ ਵੀਰ ਨਹੀਂ ਕਰਦੇ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰਕੇ ਜਾਇਓ। ਨਵੀਂ ਅਪਡੇਟ ਲੈ ਕੇ ਮਿਲਦੇ ਹਾਂ, ਧੰਨਵਾਦ।